tek dodají na hlavní SSBČ a dám místa jako constable a čili dvoje. A druhé stránky, a kal on ek nám děkují, a Urban State Provada to ek क्रेटा कार स्नैच की थी गई गनपॉइंट से उस क्रेटा कार की स्नैचिंग बारे जो पुलिस ने उतना मिली तो पुलिस इमीजिएटली एक्शन के आ गई और एस एच ओ सिटी फगवाड़ा अपने साथियों उसको चेस कर लगे गुराए थाने तो अगे दन के बड़ा पिंड जो गए तो कार एक नहर के नाल जान लगी जिसनों चेस किया गया और उस चेज़ के दौरान कार से कार के सवार को कॉर्नर कर दिया गया। जो कार सवार कॉर्नर किए गए तो उस वे कार सवार ने जिन्होंने कार खोही सी और जो चार क्रिमिनल से कार के ऑक्यूपेंट्स उन्होंने फायर शुरू किया और इस फायर के पंजाब पुलिस का जो कॉन्स्टेबल कमलप्रीत सिंह से उसके बुलेट इंजरी हुई उसमें इमीजिएटली मेडिकल एड दी गई और फगवाड़े लिया गया जिते अनफॉर्चुनेटली इस कंपोजिट इंजरी से इस एक्सचेंज ऑफ फायर के दौरान तीन क्रिमिनल्स नैप कर दिया गया है और चौथा क्रिमिनल धुंध का फायदा उठा के भजन के कामयाब हो गया। क्रेटा कार रिकवर कर ली गई है और तीन पिस्टल रिकवर किए गए और 15-15 राउंड जो है 30-32 बोर के भी रिकवर किए गए हैं। तो ये जो इंसीडेंट है ये क्रिमिनल थे एक अलंत्रा कार के आए थे जी कार में उन्होंने फगवाड़े चाचौकी ने छड़ दिता और वो जी कार अलंत्रा सी वो नवे शहर का नंबर लाया गया है हालांकि उसका जो असली नंबर है वो दिल्ली का है तो उस बारे भी तहकीकात की जा रही है। ये गैंगस्टर से जी तीनों बामणिया पिंड शाहकोट थाने का आ एक लुधियाने का है इस तरह करके आस पास के इलाके की है। नहीं गड्डी लुटने तो अलावा तो नहीं कोई मोटिव सी इन्हों का गड्डी भी लुटना मोटिव सी गड्डी गन पॉइंट से गड्डी खोई है गड्डियां लुट दे रही है। हाँ ये गड्डी ऑब्वियसली क्योंकि पहला अलंत्रा कार जी थी उस बारे पता लगेगा कि उन्होंने चोरी की थी या फिर लुटी है या खोई है इस बारे तफ्तीश की। जेडे अपने कांस्टेबल को गोली लगी है ये कोई वेपन वगैरह नहीं था इन्हें कोई जवाबी कार्रवाई की थी एक्चुअली वेपन पुलिस पार्टी को होते हैं लेकिन वो एकदम जो बाहर उतरे अब्रप्टली उन्होंने फायरिंग शुरू कर दी। ओके ये सब प्रदेश के ब्लॉक पुलिस ने भी हैड द इंफॉर्मेशन ही वाज अनआर्म्ड गोलियां कुछ लगियां दो तीन नहीं बहादुरी मुकाबला किया और ਕਾਰਪੋਰੇਸ਼ਨ ਨੂੰ ਫੰਡ ਵਾਸਤੇ ਆਪਣੇ ਪੂਰੀ ਵਾਅਦਾ ਕਿੰਨੇ ਚਾਹੇ ਕਿੰਨੇ ਡਾਕਟਰ ਜਿਹੜੇ ਰਾਊਂਡ ਅਪ ਹੈ ਉਹ ਐਸ ਓ ਜੀ ਜਨਰਲ ਹਸਪੀਟਲ ਚ ਐਡਮਿਟ ਹੈ ਜੀ ਹਾਂ ਦੱਸੀ ਤਾਂ ਹਸਪੀਟਲ ਚ ਤੇ ਟੋਟਲ ਚਾਰਜ ਨਹੀਂ ਸੀ ਜ਼ਿਆਦਾ ਸੀ ਚਾਰਜ ਇੱਕ ਕੋਈ ਵੱਡੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਸੰਬੰਧ ਇਹ ਸਾਰਾ ਹੁਣ ਸਬਜੈਕਟ ਟੂ ਇਨਵੈਸਟੀਗੇਸ਼ਨ ਹੈ ਇਹ ਅਸੀਂ ਤਫਤੀਸ਼ ਕਰ ਰਹੇ ਹਾਂ ਉਸ ਤੋਂ ਸਾਰੀ ਗੱਲ ਸਾਹਮਣੇ ਆਉਗੀ ਅਸੀਂ ਤੁਹਾਨੂੰ ਦੱਸਾਂਗੇ। ਜਿਹੜੇ ਕਾਂਸਟੇਬਲ ਮਾਰਿਆ ਗਿਆ ਉਹਨੇ ਪਰਿਵਾਰ ਦੀ ਕੋਈ ਵਿਭਾਗ ਨੂੰ ਮਦਦ ਕੀਤੀ ਹੈ? ਹਾਂ ਅਸੀਂ ਕਹਾਂਗੇ ਜੋ ਪੰਜਾਬ ਸਰਕਾਰ ਦੇ ਹਦਾਇਤਾਂ ਮੁਤਾਬਕ ਜੋ ਵੀ ਇੱਕ ਸ਼ਹੀਦ ਪੁਲਿਸ ਕਰਮਚਾਰੀ ਵਾਸਤੇ ਜੋ ਗਵਰਨਮੈਂਟ ਪਾਲਿਸੀ ਹੈ ਉਸ ਮੁਤਾਬਕ ਸਾਰੇ ਦੇ ਸਾਰਾ ਇੱਕ ਕੀਤਾ ਜਾਏਗਾ। ਜਿਸ ਤਰ੍ਹਾਂ ਬੰਗਾਂ ਨੂੰ ਪੁੱਤਰ ਦੇ ਵਿੱਚ ਗੈਂਗਸਟਰਾਂ ਨੂੰ ਵੀ ਉਸ ਨੂੰ ਆਜੀ ਮਾਰਿਆ ਗਿਆ ਹੁਣ ਇਹ ਕਿਸ ਤਰ੍ਹਾਂ ਲੱਗਦਾ ਜੀ? ਹਾਂਜੀ ਜਿਸ ਤਰ੍ਹਾਂ ਪਹਿਲਾਂ ਪੁੱਤਰ ਦੇ ਵਿੱਚ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਹੁਣ ਇੱਕ ਹੋਰ ਕਿਸ ਤਰ੍ਹਾਂ ਲੱਗਦਾ ਪੰਜਾਬ ਦੇ ਖਿਲਾਫ ਵੀ 2 ਕਰੋੜ ਇਸ ਤਰ੍ਹਾਂ ਹੈ ਕਿ ਪੁਲਿਸ ਗੈਂਗਸਟਰ ਦੇ ਖਿਲਾਫ ਬੜੀ ਬਹਾਦਰੀ ਨਾਲ ਕਾਰਵਾਈ ਕਰ ਰਹੀ ਹੈ ਔਰ ਜਿੱਥੇ ਜਿੱਥੇ ਵੀ ਕੋਈ ਸਾਨੂੰ ਗੈਂਗਸਟਰ ਦੀ ਗਤੀਵਿਧੀ ਬਾਰੇ ਇਤਲਾਹ ਮਿਲਦੀ ਆ ਪੁਲਿਸ ਵੱਲੋਂ ਰਿਸਪੌਂਸ ਜਿਹੜਾ ਹੈਗਾ ਆ ਬੜਾ ਪੋਜ਼ਿਟਿਵ ਪ੍ਰੋਮਪਟ ਪੋਸੀਬਲ ਹੈਗਾ ਔਰ ਇਹ ਗੈਂਗਸਟਰ ਦੀਆਂ ਗਤੀਵਿਧੀਆਂ
ਠੱਲ ਪਾਉਣ ਵਾਸਤੇ ਪੰਜਾਬ ਪੁਲਿਸ ਲਗਾਤਾਰ ਕੋਸ਼ਿਸ਼ਮੰਦ ਹੈ ਔਰ ਸਾਡੇ ਜਵਾਨ ਆਪਣੀ ਜਾਨ ਦੀ ਪਰਵਾਹ ਵੀ ਨਾ ਕਰਦੇ ਹੋਏ ਗੈਂਗਸਟਰ ਦਾ ਬਹਾਦਰੀ ਨਾਲ ਮੁਕਾਬਲਾ ਕਰ ਰਹੇ ਹਨ। ਜਿਹੜਾ ਡੈਥ ਹੋਈ ਸੀ ਲੜਕਾ ਕਿੱਥੋਂ ਰਹਿਣ ਵਾਲਾ ਸੀਗਾ ਔਰ ਉਹਦਾ ਫੈਮਿਲੀ ਬੈਕਗ੍ਰਾਉਂਡ ਕਿੱਦਾਂ ਸੀ? ਜਿਹੜਾ ਸ਼ਹੀਦ ਹੋਇਆ ਜਿਹੜਾ ਉਹ ਗੁਰਦਾਸਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ। ਕਲਾਨੌਰ ਥਾਣੇ ਦੇ ਵਿੱਚ ਪਿੰਡ ਹੈਗਾ ਆ ਸ਼ਾਹਪੁਰ ਉੱਥੇ ਦਾ ਰਹਿਸ਼ੀ ਹੈਗਾ ਹੈ ਔਰ ਇਸ ਵੇਲੇ ਉਹ ਇੱਥੇ ਕਪੂਰਥਲੇ ਹੀ ਸਦਰ ਥਾਣੇ ਦੇ ਜਿਹੜੇ ਕੁਆਰਟਰ ਸੈਂਟਰ ਨੇ ਉੱਥੇ ਰਹਿ ਰਿਹਾ ਸੀ। ਉਹਦੇ ਫਾਦਰ ਵੀ ਪੁਲਿਸ 'ਚ ਸੀਗੇ ਔਰ ਜਗ੍ਹਾ 'ਤੇ ਪਰਚਾ ਜਿਹੜਾ ਹੈਗਾ ਜੀ ਜਲੰਧਰ ਦਿਹਾਤੀ ਦੇ ਵਿੱਚ ਰਜਿਸਟਰ ਹੋਇਆ ਹੋਇਆ ਹੈ। ਓਕੇ, ਸੋ ਇਹਦੀ ਜਿਹੜੀ ਤਹਿਕੀਕਾਤ ਇਨਵੈਸਟੀਗੇਸ਼ਨ ਹੈਗੀ ਆ ਉਹ ਜਲੰਧਰ ਦਿਹਾਤੀ ਪੁਲਿਸ ਵੱਲੋਂ ਕੀਤੀ ਜਾਊਗੀ। ਓਕੇ, ਜਿਹੜੀ ਖੁਦ ਦਾ ਪਰਚਾ ਹੋਇਆ ਆ ਫਗਵਾੜੇ ਗੈਂਗਸਟਰਾਂ ਦੇ ਕੋਲ ਹਥਿਆਰ ਜਿਹੜੇ ਨੇ ਨਿਊ ਟੈਕਨੋਲੋਜੀ ਦੇ ਆ, ਪੁਲਿਸ ਦੇ ਕੋਲ ਹਥਿਆਰ ਜਿਹੜੇ ਨਿਊ ਟੈਕਨੋਲੋਜੀ ਦੇ ਨੇ, ਇਸ ਤਰ੍ਹਾਂ ਲੱਗਦਾ ਨੇ ਕਿ ਪੁਲਿਸ ਨੂੰ ਨਿਊ ਹਥਿਆਰ ਮਿਲਣੇ ਚਾਹੀਦੇ? ਨਹੀਂ, ਪੁਲਿਸ ਕੋਲ ਵੀ ਕਾਫੀ ਮਾਡਰਨ ਹਥਿਆਰ ਹੈਗੇ ਨੇ, ਕੋਈ ਇਹ ਤਾਂ ਨਹੀਂ ਹੈਗਾ ਪੁਲਿਸ ਦੀ ਮਾਡਰਨਾਈਜੇਸ਼ਨ ਔਰ ਨਵੇਂ ਹਥਿਆਰ ਵਗੈਰਾ ਕਰਨ 'ਤੇ ਬਹੁਤ ਸਾਰਾ ਫੰਡ ਸਾਡੇ ਕੋਲ ਹੈਗਾ ਆ ਔਰ ਪਿੱਛੇ ਜੇ ਅਸੀਂ ਬਹੁਤ ਮਾਡਰਨ ਵੈਪਨ ਰਿਕੁਆਇਰ ਵੀ ਕੀਤੇ ਹੋਏ ਆ। ਪੁਲਿਸ ਦੀ ਫਾਇਰ ਪਾਵਰ ਜਿਹੜੀ ਹੈਗੀ ਆ ਇਹ ਅੱਜ ਦੀ ਤਰੀਕ ਦੇ ਵਿੱਚ ਕਾਫੀ ਅੱਛੀ ਸਫੀਸ਼ੀਐਂਟ ਹੈ। ਸਰ, ਐਨੀ ਕੋਰਿਲੇਸ਼ਨ ਵਿਦ ਡਰੱਗਸ ਔਰ ਟੈਰਰਿਜ਼ਮ ਔਰ ਬੋਥ? ਇਹ ਐਸਟੈਬਲਿਸ਼ ਕੀਤਾ ਜਾਊਗਾ ਜੀ ਇਨ ਦਾ ਕੋਰਸ ਆਫ ਇਨਵੈਸਟੀਗੇਸ਼ਨ। ਅਜੇ ਹੁਣ ਇਮੀਡੀਏਟਲੀ ਕੋਈ ਗੱਲ ਇਸ ਤਰ੍ਹਾਂ ਦੀ ਕਹਿਣਾ ਪ੍ਰੀਮੈਚੁਰ ਹੋ। ਕੈਨੇਡਾ ਇਜ਼ ਮਤਲਬ ਦੇ ਡਾਇਰੈਕਸ਼ਨਸ ਇਜ਼ ਰਿਸੀਵ ਫਰਮ ਉਸ ਦੇ ਵਿੱਚ ਵੀ ਹੁਣ ਸਾਰਾ ਸਾਡਾ ਸਪੱਤੇ ਐਕਸ਼ਨ ਜਾਰੀ ਆ ਲਗਾਤਾਰ ਜਿਹਨਾਂ 'ਤੇ ਵੀ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਕਾਬੂ ਪਾਉਣ ਵਾਸਤੇ ਯਤਨ ਹੋ ਰਹੇ ਆ। ਟੈਕਨੋਲੋਜੀਕਲੀ ਫਿਜ਼ੀਕਲੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਪਹਿਲਾਂ ਨਾਲ ਸਥਿਤੀ ਕਾਫੀ ਸੁਧਾਰ ਹੈ। ਸਰ, ਇੱਕ ਕਪੂਰਥਲਾ ਦੇ ਵਿੱਚ ਵੀ ਕਿਡਨੈਪਿੰਗ ਹੋਈ ਸੀ ਡਰਾਈਵਿੰਗ ਦਾਣਾ ਦੇ ਵਿੱਚ ਇੱਕ ਬਜ਼ੁਰਗ ਨੂੰ ਚੱਕਿਆ ਗਿਆ ਗੈਂਗਸਟਰਾਂ ਵੱਲੋਂ, 3.5 ਕਰੋੜ ਰੁਪਏ ਪ੍ਰਾਪਤੀ ਮੰਗੀ ਗਈ ਲੇਕਿਨ ਉਹ ਡਿਸਕਲੋਜ਼ ਨਹੀਂ ਕੀਤਾ ਗਿਆ ਪੁਲਿਸ ਵੱਲੋਂ ਔਰ ਮੇਰੇ ਖਿਆਲ ਬਜ਼ੁਰਗ ਵਾਪਸ ਵੀ ਆ ਗਏ ਨੇ, ਉਹਦੇ ਬਾਰੇ ਥੋੜ੍ਹਾ ਬਰੀਫ ਕਰ ਦਿਓ ਕੀ ਸੀਗਾ ਸਭ ਮਾਮਲਾ? ਉਹ ਸਾਰੀ ਡਿਟੇਲ ਜਿਹੜੀ ਹੈਗੀ ਆ ਉਹਦੇ 'ਚ ਜਿਹੜਾ ਹੈਗਾ ਸੈਪਰੇਟਲੀ ਇਸ ਨਾਲੋਂ ਡਿਸੋਸੀਏਟ ਕਰਕੇ ਇੱਕ ਸੈਪਰੇਟ ਕਰ ਲਾਂਗੇ। ਲੇਕਿਨ ਉਹਦੇ 'ਚ ਵੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕੀਤਾ, ਲਗਾਤਾਰ ਇਨ ਲਾਰਜ ਨੰਬਰਸ ਪੁਲਿਸ ਇਨਵੋਲਵ ਹੋ ਕੇ ਇਸ ਗੱਲ ਨੂੰ ਅਸੀਂ ਯਕੀਨੀ ਬਣਾਇਆ ਕਿ ਨਾ ਕੋਈ ਰੈਨਸਮ ਪੇ ਕੀਤਾ ਜਾਵੇ ਔਰ ਸੇਫਲੀ ਜਿਹੜਾ ਬੰਦਾ ਕਿਡਨੈਪ ਕੀਤਾ ਗਿਆ ਸੀ ਉਹ ਵੀ ਘਰ ਵਾਪਸ ਆ ਗਿਆ ਔਰ ਅਸੀਂ ਬਹੁਤ ਜਲਦ ਸਾਰੇ ਦੇ ਸਾਰੇ ਗੈਂਗਸਟਰਸ ਨੂੰ ਵੀ ਅਰੈਸਟ ਕਰਾਂਗੇ। ਸਰ, ਕ੍ਰਿਮੀਨਲ ਐਕਟੀਵਿਟੀਜ਼ ਵੱਧ ਰਹੀਆਂ ਨੇ, ਇਹਦੇ ਪਿੱਛੇ ਇਸ ਤਰ੍ਹਾਂ ਵੀ ਲੱਗਦਾ ਕਿ ਜਿਹੜੀ ਈਜ਼ੀ ਵੈਪਨ ਸਪਲਾਈ ਔਰ ਕ੍ਰਿਮੀਨਲਸ ਨੂੰ ਇਹ ਆਸਾਨੀ ਨਾਲ ਮਿਲ ਰਿਹਾ ਸਟੇਟ ਦੇ ਵਿੱਚ? ਵੈਪਨ ਸਪਲਾਈ ਦੇ ਵੀ ਸੋਰਸਿਸ ਟੂ ਸਮ ਐਕਸਟੈਂਟ ਇਸ ਗੱਲ ਨੂੰ ਐਟਰੀਬਿਊਟ ਕੀਤਾ ਜਾ ਸਕਦਾ ਹੈ। ਕ੍ਰਿਮੀਨਲ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ 'ਚ ਉਤਰਾਅ ਚੜਾਅ ਆਉਂਦੇ ਰਹਿੰਦੇ ਆ। ਕਈ ਵਾਰੀ 2-3 ਇੰਸੀਡੈਂਟ ਹੋ ਜਾਂਦੇ, ਕੁਇਕ ਸਕਸੈਸ਼ਨ ਲੱਗਦਾ ਕਿ ਕ੍ਰਿਮੀਨਲ ਐਕਟੀਵਿਟੀ ਵੱਧ ਗਈ ਆ। ਔਨ ਦਾ ਹੋਲ ਸਿਚੁਏਸ਼ਨ ਹੈਗੀ ਆ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਕ੍ਰਿਮੀਨਲ ਐਕਟੀਵਿਟੀ ਵੱਧ ਗਈ ਆ। ਹਾਂ, ਇਨ ਕੁਇਕ ਸਕਸੈਸ਼ਨ ਜੇ ਕੋਈ ਇੰਸੀਡੈਂਟ ਹੋ ਜਾਵੇ ਤਾਂ ਇਸ ਤਰ੍ਹਾਂ ਦੀ ਇੱਕ ਭਾਵਨਾ ਜਾਂਦੀ ਹੈਗੀ ਆ ਕਿ ਇੱਕਦਮ ਸਪਰੈਸ਼ਨ ਕ੍ਰਿਮੀਨਲ ਐਕਟੀਵਿਟੀਜ਼ ਹੋਇਆ, ਪਰ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ। ਜਿਹੜਾ ਤੁਹਾਡਾ ਓਪਰੇਸ਼ਨ ਈਗਲ ਚੱਲ ਰਿਹਾ ਸੀ, ਬੜਾ ਉਸ ਦਿਨ ਬੜਾ ਐਪਰੀਸ਼ੀਏਸ਼ਨ ਕਦਮ ਸੀਗਾ ਪੁਲਿਸ ਦਾ ਕਿ ਜਿੱਦਾਂ ਇੱਦਾਂ ਦੀ ਘਟਨਾਵਾਂ ਰੋਕਣ ਵਾਸਤੇ ਓਪਰੇਸ਼ਨ ਈਗਲ ਲਗਾਤਾਰ ਚੱਲਣ ਦੀ ਓਪਰੇਸ਼ਨ ਲਗਾਤਾਰ ਅਸੀਂ ਚਲਾਵਾਂਗੇ, ਪਹਿਲਾਂ ਵੀ ਚਲਾਉਂਦੇ ਰਹੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਹੋਰ ਵੀ ਇੰਟੈਂਸੀਫਾਈ ਕੀਤਾ ਜਾਏਗਾ ਤਾਂ ਕਿ ਕ੍ਰਿਮੀਨਲਸ ਦੇ ਇਫੈਕਟਿਵ ਤਰੀਕੇ ਨਾਲ ਦੱਸ, ਕਿਉਂਕਿ ਆਮ ਹੀ ਲੋਕ ਸਰ ਗੱਡੀਆਂ 'ਚ ਵੈਪਨ ਕੈਰੀ ਕਰਕੇ ਚੱਲਦੇ ਆ, ਜੇ ਓਪਰੇਸ਼ਨ ਈਗਲ ਚੱਲਦਾ ਹੋਵੇ ਰੋਟੇਸ਼ਨ ਦੇ ਵਿੱਚ ਤਾਂ ਸ਼ਾਇਦ ਬਹੁਤ ਵੱਡੀ ਰਿਕਵਰੀ ਹੋਣ ਦੇ ਚਾਂਸਿਸ ਨੇ। ਬਿਲਕੁਲ, ਅਸੀਂ ਬਹੁਤ ਸਾਰੇ ਪੁਲਿਸ ਇਨੀਸ਼ੀਏਟਿਵਸ ਕੋਰਟ ਕਰ ਰਹੇ ਹਾਂ ਕ੍ਰਿਮੀਨਲਸ ਗੈਂਗਸਟਰਸ ਦੀਆਂ ਐਕਟੀਵਿਟੀਜ਼ ਨੂੰ ਡੇਟ ਕਰਨ ਵਾਸਤੇ। ਅਸੀਂ ਆਪਣੇ ਹਾਈਟੈਕ ਸ਼ਾਕਾਂ ਦਾ ਪ੍ਰੋਫੈਸ਼ਨਲਾਈਜ਼ ਕੀਤੇ ਹੋਏ ਆ, ਅਸੀਂ ਆਪਣੇ ਪਲੇਨ ਕਲੋਜ ਦੇ ਵਿੱਚ ਗੈਂਗਸਟਰਸ ਦੇ ਪਿੱਛੇ ਇਹਨਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਵਾਸਤੇ ਐਫਰਟਸ ਕਰ ਰਹੇ ਹਾਂ। ਐਵਰੀ ਐਫਰਟ ਇਜ਼ ਬੀਂਗ ਮੇਡ ਟੂ ਕੰਟੇਨ ਦੈਟ। ਨਾਈਟ ਡੋਮੀਨੇਸ਼ਨ ਨੂੰ ਵਧਾਉਂਗੇ ਸਰ? ਨਾਈਟ ਡੋਮੀਨੇਸ਼ਨ ਸਾਡੇ RRPS ਰੈਪਿਡ ਰੂਰਲ ਰਿਸਪੋਂਸ ਸਿਸਟਮ ਵੀ ਹੈਗਾ ਆ, ਔਰ ਇਸ ਤੋਂ ਇਲਾਵਾ ਨਾਈਟ ਡੋਮੀਨੇਸ਼ਨ ਵਾਸਤੇ ਵੱਧ ਤੋਂ ਵੱਧ ਸਾਡੇ ਆਫਿਸਰ ਸਾਡੇ ਜਵਾਨ ਬਾਹਰ ਰਹਿਣਗੇ ਔਰ ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਨਾ। ਇਸ ਤਰ੍ਹਾਂ ਕਾਰਜਾਂ ਦੀ ਬਹੁਤ ਘਾਟ ਆ ਜ਼ਿਲ੍ਹੇ ਦੇ ਵਿੱਚ, ਉਹਦੇ ਬਾਰੇ ਕੋਈ ਸਰਕਾਰ ਨੂੰ ਕੀ ਭੇਜਿਆ? ਇਹ ਨਾਮ ਦੇ ਵਿੱਚ ਹੀ ਹੈ ਕੁਲਦੀਪ ਹੈ ਕਿ ਕਮਲ? ਕਮਲ ਕਲੈਰਿਕ। ਅੱਛਾ ਜੀ, ਕੁਲਦੀਪ ਸਿੰਘ ਇਜ਼ ਕਮਲ, ਰਾਈਟ ਰਾਈਟ।
प्रक्रिया जारी है नवे सारे मुलाजम पहुंचे भी डिस्ट्रिक्ट असं लगातार कोशिश करते हैं कि वो तो वो मुलाजम जोड़े है साढ़े जो कोई वैकेंट से है उन्होंने थाने के चलाते रहे हैं आने वाले समय के होर भी इंटेंसीफाई किया जाएगा क्योंकि आम आम ही लोग सर गड्डिया जो वैपन कैरी करके चल रहे हैं जो ऑपरेशन ईगल चलता हो रोटेशन के शायद बहुत वो रिकवरी होने के चांस बिल्कुल असं बहुत सारे पुलिस इनिशिएटिव ओवर कोर्ट कर रहे हैं क्रिमिनल्स गैंगस्टर की एक्टिविटीज़ को डिटेन करने वास्ते असी अपने हाईटेक शाखा तो क्रिमिनलाइज किए हुए हैं असी अपने प्लेन क्लोज के गैंगस्टर्स के पिछे इन गतिविधियां रोकने वास्ते एफर्ट्स कर रहे हैं एवरी एफर्ट इज बीइंग मेड टू कंटेन दैम नाइट डोमीनेशन बताओगे सर नाइट डोमीनेशन साढ़े आर आर पी एस रैपिड रूरल रिस्पॉन्स सिस्टम भी है और इस अलावा नाइट डोमीनेशन वास्ते वो तो वे ऑफिसर साढ़े जवान बाहर रहेंगे और असी सा कोशिश होगी कि इस बात यकीनी बनाया जा सके कि कोई भी क्रिमिनल छुट्टी ना प्रक्रिया जारी है नाले सारे मुलाजम पहुंचे भी डिस्ट्रिक्ट असं लगातार कोशिश करते हैं कि वो तो वो मुलाजम जोड़े है साढ़े जो कोई वैकेंट से है उन्होंने थाणिया के तैनात किया जाए और कटिंग एज लैवल से मैक्सीम फोर्स इंगेज की जाए ताकि क्रिमिनल्स गिरफ्तार कर दे काइंडली से रिलीज ये मैनशन किए हुए हैं जो चार केसिस मोस्टली कोई मतलब जमें हर्टिंग इंसीडेंट थैफ्ट ਇਹ ਸੈਕਸ਼ਨ ਐਡ ਜਿਹੜੀ ਜਿਹੜੀ ਰਾਡਰ ਇੰਸੀਡੈਂਟ ਹੈ ਉਹਦੇ ਵਿੱਚ ਆਹ ਅਫੇਅਰ ਜਿਹੜੀ ਹੈਗੀ 3 ਨੰਬਰ ਐਫ ਆਈ ਆਰ ਥਾਣੇ ਫਲੋਰ ਵਿੱਚ ਇਹਨਾਂ ਨੂੰ ਸੈਕਸ਼ਨ ਅੰਡਰ ਰਿਲੇਵੈਂਟ ਸੈਕਸ਼ਨ ਅੰਡਰ ਦਰਜ ਕੀਤੀ ਹੈ ਤੇ ਹੀ ਵਾਸ ਦਾ ਓਨਲੀ ਸਨ ਆਫ ਦਿਸ ਫਾਦਰ ਦਾ ਹੀ ਵਾਸ ਓਨਲੀ ਸਨ ਆਫ ਸਿਸਟਰ ਹੈ ਉਹਦੀ ਤਾਂ ਜਿਹੜਾ ਫਰਾਰ ਹੋਇਆ ਚੌਥਾ ਯੁਵਰਾਜ ਸਿੰਘ ਹੈ ਮੈਰਿਜ ਸੀ ਸਰ ਯੁਵਰਾਜ ਸਿੰਘ ਫਰਾਰ ਹੋਇਆ ਯੁਵਰਾਜ ਸਿੰਘ ਕਿੰਨੀ ਏਜ ਹੁੰਦੀ ਹੈ ਜੀ ਇਹ ਜਿਹੜੀ ਹੁੰਦੀ ਹੈ ਨਾ 25 ਜਿੱਤੀ ਤਾਂ ਉਹ ਯਾਰ ਹਾਂ ਜੀ ਬਾਹਰ ਪਈ ਦੇ ਵਿੱਚ ਹੈ ਜੀ 96 ਬਾਅਦ 26 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